ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਡਿਊਟੀ 'ਚ ਪਾਕਿਸਤਾਨ ਦੇ ਵੱਖ-ਵੱਖ ਮਸ਼ਹੂਰ ਚਿੱਤਰਕਾਰਾਂ ਨੇਆਂ ਤਸਵੀਰਾਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਜਿਆਦਾ ਸ਼੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਸ਼ਹੀਦੀ ਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ, ਸਾਈ ਮੀਆਂ ਮੀਰ, ਗੁਰੂ ਰਾਮਦਾਸ ਜੀ ਅਤੇ ਹੋਰ ਗੁਰੂ ਸਹਿਬਾਨ ਨਾਲ ਸੰਬੰਧਿਤ 200 ਦੇ ਕਰੀਬ ਤਸਵੀਰਾਂ ਹਨ ਇਨ੍ਹਾਂ ਵਿੱਚ ਕੁਝ ਦੁਰਲੱਭ ਤਸਵੀਰਾਂ ਹਨ ਜੋ ਨਾ ਪਹਿਲੇ ਕਦੇ ਜਨਤਕ ਕੀਤੀਆਂ ਗਈਆਂ ਹਨ ਤੇ ਨਾ ਹੀ ਉਹਨਾਂ ਬਾਰੇ ਇਤਿਹਾਸਕ ਦਸਤਾਵੇਜ਼ਾਂ ਵਿੱਚ ਵਧੇਰੇ ਜਾਣਕਾਰੀ ਦਰਜ ਹੈ। ਇਨੋਂ ਤੋਂ ਇਲਾਵਾ ਤਸਵੀਰਾਂ ਉੱਪਰ ਗੁਰਮੁਖੀ, ਪਰਸ਼ੀਅਨ ਅਤੇ ਉਰਦੂ ਵਿੱਚ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਵੀ ਦਰਜ ਹਨ ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਵੀ ਬਣੀਆਂ ਹੋਈਆਂ ਹਨ। ਅਜਾਇਬ ਘਰ ਜਿਸ ਨੂੰ ਸਮਾਰਟ ਮਿਊਜ਼ੀਅਮ ਦਾ ਨਾਂ ਦਿੱਤਾ ਗਿਆ ਹੈ ਵਿੱਚ ਕਰੀਬ 100 ਦੇ ਕਰੀਬ ਪੇਂਟਿੰਗ ਸਥਾਈ ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਕੁਝ ਪੇਂਟਿੰਗ ਸਖਰਾਜ ਅਤੇ ਕੁਝ ਉਸ ਤੋਂ ਵੀ ਪੁਰਾਣੀਆਂ ਹਨ ਇਸ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ हसन ਅਬਦਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਡੇਰਾ ਸਾਹਿਬ ਲਾਹੌਰ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੀ ਦੇਸ਼ ਤੋਂ ਬਣ ਤੋਂ ਪਈਆਂ ਦੀ ਡਿਊਟੀ ਦੀ ਪੇਂਟਿੰਗ ਗੁਰਦੁਆਰਾ ਪੱਟੀ ਸਾਹਿਬ ਗੁਰਦੁਆਰਾ ਮਾਲ ਜੀ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਸਮਾਦ ਭਾਈ ਮਨੀ ਸਿੰਘ ਅਤੇ ਗਿਆਨੀ ਗੁਰਮਖ ਸਿੰਘ ਆਹ ਤਸਵੀਰਾਂ ਇਸ ਪ੍ਰਦਰਸ਼ਨੀ ਨੂੰ ਚਾਰ ਚੰਨ ਲਗਾ ਰਹੀਆਂ ਹਨ ਭਾਰਤ ਤੋਂ ਜਾਣ ਵਾਲੇ ਸ਼ਰਦਾਲੂ ਇਹਨਾਂ ਨੂੰ ਬੜੀ ਉਤਸ਼ਾਹਤ ਨਾਲ ਵੇਖਦੇ ਹਨ ਅਤੇ ਇਹ ਕਰਤਾਰਪੁਰ ਹੈਂਡਿਕਰਾਫਟ ਦੇ ਨਾਂ ਨਾਲ ਜਾਣੀ ਜਾਂਦੀ ਹੈ ਜਿਸ ਦੀ ਦੇਖਰੇਖ ਐਮ ਅਬਦੁੱਲਾ ਤੇ ਹਮਜ਼ਾ ਇਕਵਾਲ ਕਰਦੇ ਹਨ ਇਹ ਤਸਵੀਰਾਂ 350 ਡਾਲਰ ਤੋਂ ਲੈ ਕੇ 3200 ਡਾਲਰ ਤੋਂ ਵੀ ਵੱਧ ਕੀਮਤ ਦੀਆਂ ਹਨ ਸਭ ਤੋਂ ਮਹਿੰਗੀਆਂ ਤਸਵੀਰਾਂ ਪਾਕਿਸਤਾਨ ਦੇ ਲਾਹੌਰ ਤੋਂ ਮਸ਼ਹੂਰ ਚਿੱਤਰਕਾਰ ਇਰਫਾਨ ਕੁਰੈਸ਼ੀ ਦੀਆਂ ਹਨ ਜਿਨ੍ਹਾਂ ਦੀ ਕੀਮਤ ਭਾਰਤੀ ਕਰੰਸੀ ਵਿੱਚ 2 ਲੱਖ ਤੋਂ ਵੀ ਵੱਧ ਹੈ।